ਛੋਟੀ ਜੀ ਮੈਂ ਜਿੰਨਾ ਤੁਹਾਨੂੰ ਸਾਰਿਆਂ ਨੂੰ 5 ਨਵੰਬਰ 100 ਵਾਰ ਸਾਡੇ ਪੁੱਤਰੀ ਮਾਲਕਾਂ ਜੀ ਦਾ ਜਨਮ ਦਿਨ ਦੀ ਪੁੰਨ ਤਿਥੀ ਆ ਰਹੀ ਹੈ। ਉਹਦੇ ਉਪਲਕਸ਼ ਸ਼ਾਮ ਨੂੰ ਠੀਕ 8 ਵਜੇ 5 ਨਵੰਬਰ 100 ਵਾਰ ਸ਼ਾਮ ਦੇ ਠੀਕ 8 ਵਜੇ ਉਹਨਾਂ ਦੇ ਜਨਮ ਦਿਨ ਦਾ ਕੇਕ ਕੱਟਿਆ ਜਾਏਗਾ ਤੇ ਸਾਰੇ ਭਗਤ ਜਨ ਭੈਣ ਭਰਾ ਸਾਰੇ ਸਾਧਨ ਆਮੰਤ੍ਰਿਤ ਨੇ ਵੱਧ ਚੜ ਕੇ ਹਿੱਸਾ ਲਵੋ ਮਾਲਕਾਂ ਦੇ ਜਨਮ ਦਿਨ ਮਨਾਉਣ ਦਾ। ਸ਼ੁਕਰੀਆ ਆਪਦਾ ਬਹੁਤ ਬਹੁਤ ਮਿਹਰਬਾਨੀ। ਤੇ ਹੁਣ ਸਾਡੇ ਲਾਲ ਜੀ ਬੜੀ ਸੁੰਦਰ ਭੇਟ ਕਹਿ ਰਹੇ ਨੇ ਆ।
Thank you.
मंगनी सचियां जोगा वाली माता दी वाली बताई दे जकारा श्रीराम दा Yeah.
Wow.
Hey.
अब कहिए जय माता दी, एक बार फिर कहिए जय माता दी। तो मैं एक बार फिर दो सूचनावां दित्तियां सी तुहानू सारिआं नूं। पहली सूचना की है, साडे मालकां दा जन्मदिन सोमवार 5 नवंबर वाले दिन परसों रात को 8 बजे उन्होंने नाम का उन्होंने प्यार का केक कटिया जाएगा। सारे साधन आमंत्रित ने
ਇੱਥੇ ਆ ਕੇ ਸ਼ੋਭਾ ਨੂੰ ਵਧਾ ਤੇ ਮਹਾਰਾਜ ਪਾਲਕਾਂ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਗਾ ਤੇ ਪਿੱਠੇ ਦੇਵੇ ਪਾ ਤੇ ਦੂਸਰੀ ਸੂਚਨਾ ਦਿੱਤੀ ਜਿਹੜੀ ਸਾਨੂੰ ਮਹਾਰਾਣੀ ਨੇ ਸੱਦਾ ਭੇਜਿਆ 16 ਦਸੰਬਰ ਐਤਵਾਰ ਵਾਲੇ ਦਿਨ ਮਹਾਰਾਣੀ ਨਾਲ ਦਰਸ਼ਨਾਂ ਹੋਏ ਜਿਹੜਾ ਸਵਰਗੀ ਹੀਰੇ ਮੰਤਾ ਜਾ ਰਿਹਾ ਜਿਹੜਾ ਪਰਸਨ ਮਹਾਰਾਣੀ ਦੇ ਦਰਬਾਰ ਨੂੰ ਤੇ ਜਿਹਨਾਂ ਜਿਹਨਾਂ ਨੇ ਵੀ ਜਾਣ ਵਾਸਤੇ ਮਹਾਰਾਣੀ ਦੇ ਦਰਬਾਰ ਦੀਆਂ ਸੀਟਾਂ ਲਗਵਾਈਆਂ ਉਹ ਸਾਡੇ ਦੀਪੇ ਭਾਅ ਜੀ ਨੂੰ ਲਿਖਾ ਦੇ ਟਾਈਮ ਰਹਿੰਦਿਆਂ ਲਿਖਾ ਦਿਓ ਤਾਂ ਕਿ ਉਸਦੇ ਮੁਸ਼ਕਲ ਨਾ ਤੇ ਬਾਕੀ ਸੂਚਨਾ ਅਗਲੇ 15 ਵਾਲੇ ਦਿਨ ਲੈ ਸਰ ਤੁਹਾਨੂੰ ਉਹ ਦੇ ਦੇਣਗੇ ਤੇ ਇੱਕ ਛੋਟਾ ਜਿਹਾ ਇੱਕ ਭਜਨ ਠਾਕੁਰ ਦੇ ਚਰਨਾਂ 'ਚ ਦੂਜੀ ਦੁਨੀਆ
Thank you.
अपने माँ पे निर्भर वाली माता
Yeah, man.
Shut up.